ਕੈਨੇਡਾ ਤੋਂ ਭਾਰਤ ਦਰਮਿਆਨ ਫਲਾਈਟਾਂ ਸਿੱਧੀਆਂ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ, ਪਰ ਇਸ ਦੇ ਵਿੱਚ ਕੁਝ ਖਾਸ ਸ਼ਰਤਾਂ ਰੱਖੀਆਂ ਗਈਆਂ ਨੇ, ਜਿਸ ਦੇ ਵਿੱਚ ਕੈਨੇਡਾ ਦੇ ਟਰਾਂਸਪੋਰਟ ਵਿਭਾਗ ਨੇ ਐਲਾਨ ਕੀਤਾ ਕਿ ਸਤੰਬਰ 27 ਸਵੇਰੇ 12 ਵਜੇ ਤੋਂ ਇਜਾਜ਼ਤ ਹੋਵੇਗੀ ਕਿ ਯਾਤਰੀ ਭਾਰਤ ਤੋਂ ਸਿੱਧੀਆਂ ਫਲਾਈਟਾਂ ਦੇ ਰਾਹੀਂ ਕੈਨੇਡਾ ਵਿੱਚ ਆ ਸਕਣਗੇ ਤੇ ਵਾਪਸ ਜਾ ਸਕਣਗੇ। ਜਿਸ ਦੇ ਵਿੱਚ ਕੋਵਿਡ-19 ਦੇ ਟੈਸਟ ਨੂੰ ਲੈ ਕੇ ਇੱਕ ਖਾਸ ਗੱਲ ਇਸ ਦੇ ਵਿੱਚ ਕਹੀ ਗਈ ਹੈ ਕਿ ਜਿੰਨੇ ਵੀ ਯਾਤਰੀ ਨੇ ਉਹਨਾਂ ਦੇ ਕੋਲ ਕੋਵਿਡ-19 ਦੇ ਮੋਲੀਕੂਲਰ ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ, ਪਰ ਉਸ ਰਿਪੋਰਟ ਨੂੰ ਅਪਰੂਵਲ ਜੈਨਸਟ੍ਰਿੰਗਸ ਲੈਬੋਰਟਰੀ ਜੋ ਕਿ ਦਿੱਲੀ ਏਅਰਪੋਰਟ ਦੇ ਉੱਤੇ ਹੈ ਉੱਥੋਂ ਮਿਲਿਆ ਹੋਣਾ ਚਾਹੀਦਾ ਹੈ, ਅਤੇ 18 ਘੰਟੇ ਦੇ ਵਿੱਚ ਜਦੋਂ ਤੁਹਾਡੀ ਫਲਾਈਟ ਹੈ ਉਸ ਤੋਂ ਪਹਿਲਾਂ ਇਸ ਟੈਸਟ ਦੀ ਰਿਪੋਰਟ ਨੂੰ ਅਪਰੂਵਲ ਇਸ ਲੈਬੋਰਟਰੀ ਦੇ ਵੱਲੋਂ ਮਿਲਿਆ ਹੋਇਆ ਹੋਣਾ ਚਾਹੀਦਾ ਹੈ। ਅਤੇ ਇਸ ਦੇ ਨਾਲ ਹੀ ਜਹਾਜ਼ ਚੜ੍ਹਨ ਤੋਂ ਪਹਿਲਾਂ ਜਦੋਂ ਬੋਰਡਿੰਗ ਹੋਵੇਗੀ ਯਾਤਰੀਆਂ ਦੀ ਭਾਰਤ ਤੋਂ ਕੈਨੇਡਾ ਦੇ ਵਾਸਤੇ, ਤਾਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਕੈਨੇਡਾ ਆਉਣ ਦੇ ਲਈ ਯਾਤਰੀ ਐਲੀਜੀਬਲ ਹਨ ਜਾਂ ਨਹੀਂ, ਜਿੱਥੇ ਕਿ ਉਹਨਾਂ ਦੇ ਕੋਵਿਡ-19 ਦੇ ਟੈਸਟ ਦੀ ਰਿਪੋਰਟ ਵੀ ਦੇਖੀ ਜਾਵੇਗੀ। ਇਸ ਦੇ ਨਾਲ ਹੀ ਜਿਹੜੇ ਵਿਜ਼ਟਰ ਆਉਣੇ ਨੇ ਉਹਨਾਂ ਦੇ ਵਾਸਤੇ ਫੁੱਲੀ ਵੈਕਸੀਨੇਟਿਡ ਹੋਣਾ ਵੀ ਜ਼ਰੂਰੀ ਹੈ। ਬਾਕੀ ਹਦਾਇਤਾਂ ਉਸੇ ਤਰ੍ਹਾਂ ਨੇ ਜਿਵੇਂ ਦੁਨੀਆ ਭਰ ਤੋਂ ਕੈਨੇਡਾ ਵਿੱਚ ਆਉਣ ਵਾਲੇ ਯਾਤਰੀਆਂ ਦੇ ਵਾਸਤੇ ਇਸ ਸਮੇਂ ਹਦਾਇਤਾਂ ਲਾਗੂ ਹੁੰਦੀਆਂ ਨੇ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੇ ਯਾਤਰੀ ਜਿਹੜੀਆਂ ਸ਼ਰਤਾਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਪੂਰਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ ਵੀ ਜਾ ਸਕਦਾ ਹੈ। 22 ਸਤੰਬਰ ਨੂੰ 3 ਫਲਾਈਟਾਂ ਸਿੱਧੀਆਂ ਭਾਰਤ ਤੋਂ ਕੈਨੇਡਾ ਦੇ ਵਿੱਚ ਆ ਰਹੀਆਂ ਨੇ, ਜਿਸ ਦੇ ਵਿੱਚ ਜਿਹੜੇ ਯਾਤਰੀ ਨੇ ਉਹਨਾਂ ਦੇ ਕੋਵਿਡ-19 ਦੇ ਟੈਸਟ ਕੈਨੇਡਾ ਵਿੱਚ ਪਹੁੰਚਣ ਦੇ ਉੱਤੇ ਹੋਣੇ ਨੇ।